आप देख रहे हैं एपीएन वेब न्यूज। ਹਾਂਜੀ ਆਂਟੀ ਦੱਸੋ ਕੀ ਗੱਲ ਕੀ ਹੋਈ ਸੀ ਗੱਲ ਕੋਈ ਨਹੀਂ ਸੀ ਹੋਈ ਹੈ ਕਿ ਬਸ ਮੁੰਡੇ ਨੂੰ ਕੋਲ ਆਈਏ ਅਤੇ ਉੱਥੋਂ ਹੀ ਮੁੰਡਾ ਉੱਠ ਕੇ ਅਤੇ ਚੱਲ ਗਿਆ ਬਾਹਰੋਂ ਹੀ ਦੁਕਾਨ ਕਿਸੇ ਤੋਂ ਨਾਲ ਦੁਕਾਨ 'ਚ ਉੱਠ ਚਲਾ ਗਿਆ ਵੇ। ਬਾਅਦ 'ਚ ਅਸੀਂ ਉਹਨੂੰ ਕੋਲ ਕੀਤੀ 9:30 PM ਉਹਦੀ ਕੋਲ ਫੋਨ ਬੰਦ ਆ ਰਿਹਾ ਸੀ। ਫਿਰ ਅਸੀਂ ਦੂਸਰੇ ਦਿਨ ਜਾ ਕੇ ਉੱਥੇ ਆਪਣੀ ਭਾਰਗੋ ਕੈਂਪ ਨਗਰ ਵਿੱਚ ਜਾ ਕੇ ਕੰਪਲੇਂਟ ਕੀਤੀ ਹੈ। ਉਹਨਾਂ ਨੇ ਸਾਡੀ ਕੰਪਲੇਂਟ ਲਿਖ ਲਈ ਹੈ। ਐਤਵਾਰ ਨੂੰ ਸਾਨੂੰ ਅਖਬਾਰ ਵਿੱਚੋਂ ਪਤਾ ਚੱਲਦਾ ਵੇ ਅਤੇ ਉਹ ਥਾਣਾ ਨੰਬਰ 1 ਲੱਗਦਾ ਪਿਆ ਸੀ ਉਹਨਾਂ ਨੂੰ। ਫਿਰ ਥਾਣਾ ਨੰਬਰ 1 ਵਾਲੇ ਪੁਲਿਸ ਵਾਲਿਆਂ ਨੇ ਉੱਥੇ ਹੀ ਆਏ ਨੇ ਉਹਦੇ ਵਿੱਚ ਸਿਵਲ ਹੋਸਪਿਟਲ ਵਿੱਚ। ਫਿਰ ਉਹਨਾਂ ਨੇ ਜਿੱਦਾਂ ਯਾਨੀ ਕਿ ਸਾਡੇ ਦੀ ਕਿਸੇ ਚੀਜ਼ ਦੀ ਵੀ ਐਡੀ ਹਾਲਤ ਨਹੀਂ ਸੀ ਹੈਗੀ। ਉਹਨਾਂ ਨੇ ਪਤਾ ਨਹੀਂ ਕਿੱਦਾਂ ਦਸਤਖਤ ਕਰਾ ਲਏ ਉਹਨਾਂ ਦੇ ਡੈਡੀ ਕੋਲੋਂ ਅਤੇ ਨਾਲ ਹੀ ਉਹਨਾਂ ਨੇ ਗਲਤ ਕਾਰਵਾਈ ਕਰਕੇ ਅਤੇ ਕੇਸ ਰਫਾ ਦਫਾ ਕਰ ਦਿੱਤਾ। ਅਸੀਂ ਚੌਂਕੀ ਵੀ ਕਿੰਨੇ ਵਾਰੀ ਗਏ ਹਾਂ, ਸਾਨੂੰ ਉਹਨਾਂ ਨੇ ਇਹੋ ਕਿਹਾ ਕਿ ਨਹੀਂ ਕੋਈ ਨਹੀਂ ਤੁਹਾਡੇ ਨਾਲ ਇਨਸਾਫ ਹੋਏਗਾ। ਉਹ ਕੋਈ ਕਾਰਵਾਈ ਨਹੀਂ ਕਰਦੇ ਪਏ, ਕੋਈ ਕੁਛ ਨਹੀਂ ਕਰਦੇ ਪਏ ਸਾਡੇ ਬੇਟੇ ਖਿਲਾਫ਼। ਤੁਹਾਨੂੰ ਸ਼ੱਕ ਹੈ ਕਿਸੇ ਦੇ? ਸਾਨੂੰ ਇਹ ਜਿਹੜੀਆਂ ਕੋਲ ਡਿਟੇਲਾਂ ਨੇ ਇਹਨਾਂ ਨੂੰ ਸੱਦਣ, ਉਹ ਕਹਿੰਦੇ ਅਸੀਂ ਸੱਦਿਆ ਹੈ। ਉਹ ਮੁੰਡੇ ਬਹੁਤ ਸ਼ਰੀਫ ਨੇ, ਜਿਨ੍ਹਾਂ ਨੇ ਇੰਨੀ ਵਾਰੀ ਕੋਲ ਕਰਕੇ ਉਹਨਾਂ ਨੂੰ ਸੱਦਿਆ ਹੈ ਉਹ ਸ਼ਰੀਫ ਹੋਣਗੇ। ਮੁੰਡੇ ਕੌਣ ਹੈ ਯਾਰ ਦੋਸਤ ਦੇ? ਹਾਂਜੀ ਅਸੀਂ ਦੇਖੇ ਨਹੀਂ ਹੈਗੇ। ਹਾਂ ਪਰ ਜੇ ਸਾਡੇ ਸਾਹਮਣੇ ਲਿਆਉਣਗੇ, ਆਹਮੋ ਸਾਹਮਣੇ ਬਿਠਾਉਣਗੇ ਤਾਂ ਕੁਛ ਤਾਂ ਪਤਾ ਚੱਲੇਗਾ ਨਾ ਸਾਨੂੰ ਕਿ ਠੀਕ ਹੈ ਸਾਡੇ ਬੱਚੇ ਦੇ ਇਹ ਹੈਗੇ ਨੇ। ਹਾਂ ਸਰ ਦੱਸੋ ਜਿਹੜਾ ਇੱਦਾਂ ਪ੍ਰੈਸ਼ ਕੀਤਾ ਕੀ ਹੈ ਕੀ? ਸਰ ਅੱਜ ਅਸੀਂ DC ਕੰਪਲੈਕਸ ਦੇ ਬਾਹਰ ਰੋਸ ਮੁਜ਼ਾਹਰਾ ਪੰਜਾਬ ਪੁਲਿਸ ਦੇ ਖਿਲਾਫ਼ ਕਰ ਰਹੇ ਹਾਂ। 16 ਤਰੀਕ ਨੂੰ 16/4 ਨੂੰ ਸਾਡੇ ਭਾਰਗੋ ਨਗਰ ਦਾ ਇੱਕ ਨੌਜਵਾਨ ਮਨੀਸ਼ ਕੁਮਾਰ ਭਗਤ ਉਰਫ ਰਾਹੁਲ, ਜਿਹੜਾ ਕਿਸੇ ਨੇ ਫੋਨ ਕਰਕੇ ਉਹਨੂੰ ਬੁਲਾਇਆ, ਔਰ 18 ਤਰੀਕ ਨੂੰ ਸਾਡੀ ਉਹਦੀ ਲਾਸ਼ ਮਿਲਦੀ ਆ ਪਲਟਨ ਪਾਰਕ ਜਲੰਧਰ ਦੇ ਵਿੱਚੋਂ। ਉਸ ਜਦੋਂ ਪਲਟਨ ਪਾਰਕ 'ਚ ਸਾਨੂੰ ਲਾਸ਼ ਮਿਲੀ, ਉਹਦੇ ਗਲੇ ਦੇ ਕੱਟ ਦਾ ਨਿਸ਼ਾਨ ਸੀ, ਉਹਦੇ ਸਿਰ ਦੇ ਉੱਤੇ ਸੱਟਾਂ ਦੇ ਨਿਸ਼ਾਨ ਸੀ। ਮਾਂ ਬਾਪ ਨੇ ਉਸ ਵੇਲੇ ਬਿਆਨ ਦਿੱਤੇ ਕਿ ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਏ, ਪਰ ਡਿਵੀਜ਼ਨ ਨੰਬਰ SHO 1 ਨੇ ਉਸ ਨੇ ਕੋਈ ਕਾਰਵਾਈ ਕਾਨੂੰਨੀ ਕਾਰਵਾਈ ਜਿਹੜੀ ਨਹੀਂ ਕੀਤੀ। ਖਾਨਾ ਪੂਰਤੀ ਕਰਨ ਵਾਸਤੇ 174 ਦੀ ਕਾਰਵਾਈ ਕਰਕੇ ਲਾਸ਼ ਜਿਹੜੀ ਹੈ ਸਾਡੇ ਹਵਾਲੇ ਕਰਤੀ, ਅਸੀਂ ਉਹਦਾ ਸੰਸਕਾਰ ਕਰਤਾ। ਅਸੀਂ ਉਸ SHO ਨੂੰ ਪੁੱਛਣਾ ਚਾਹੁੰਦੇ ਹਾਂ, 16 ਤਰੀਕ ਦੀਆਂ ਜਿਹੜੀਆਂ ਕਾਲ ਡਿਟੇਲ ਨੇ ਉਹ ਤਕਰੀਬਨ 20 ਆਦਮੀਆਂ ਦੀਆਂ ਨੇ। ਉਹਨਾਂ ਦੇ ਵਿੱਚ ਇੱਕ ਲੜਕੇ ਨੂੰ ਉਹਨਾਂ ਨੇ ਬੁਲਾਇਆ ਵੀ ਹੈ, ਜਿਹੜਾ ਲੜਕਾ ਮੰਨਿਆ ਕਿ ਮੇਰੀ ਮਨੀਸ਼ ਕੁਮਾਰ ਦੇ ਨਾਲ 8:02 ਤੋਂ ਲੈ ਕੇ 8:26 ਤੱਕ ਪਲਟਨ ਪਾਰਕ ਦੇ ਵਿੱਚ ਮਿਲਣ ਦਾ ਟਾਈਮ ਜਿਹੜਾ ਸੈੱਟ ਹੋਇਆ ਸੀ। ਅਸੀਂ ਉਸ SHO ਨੂੰ ਕਿਹਾ ਕਿ ਉਹ ਆਦਮੀ ਦੋਸ਼ੀ ਹੈ, ਦੋਸ਼ੀਆਂ ਦੇ ਨਾਲ ਮਿਲਿਆ, ਉਹਨੇ ਮਾਰਿਆ। SHO ਕਹਿ ਰਿਹਾ ਕਿ ਉਹ ਲੜਕਾ ਬੜਾ ਸ਼ਰੀਫ ਹੈ। ਮੈਂ ਕਿਹਾ ਸਾਡਾ ਲੜਕਾ ਵੀ ਬੜਾ ਸ਼ਰੀਫ ਸੀ ਜਿਸ ਨੂੰ ਇਹਨਾਂ ਬਦਮਾਸ਼ਾਂ ਨੇ ਜਿਹਦੀ ਹੱਤਿਆ ਕੀਤੀ ਆ। ਪੁਲਿਸ ਦਾ ਕੰਮ ਹੈ ਕਿਸੇ ਵੀ ਗਰੀਬ ਨੂੰ ਮਜ਼ਲੂਮ ਨੂੰ ਇਨਸਾਫ਼ ਦੇਣਾ, ਨਾ ਕਿ ਦੋਸ਼ੀਆਂ ਦੇ ਪੱਖ ਦੇ ਵਿੱਚ ਖਿਲਾਉਣਾ। ਉਹਦੇ ਘਰਦਿਆਂ ਨੂੰ, ਉਹਨਾਂ ਦੇ ਘਰਦਿਆਂ ਨੂੰ ਕਿਸੇ ਸ਼ੱਕ ਹੈਗਾ? ਸਾਨੂੰ ਸਾਰੇ ਘਰਦਿਆਂ ਨੂੰ ਸ਼ੱਕ ਹੈ, ਅਸੀਂ ਵੀ ਪਰਿਵਾਰ ਦੇ ਮੈਂਬਰ ਹਾਂ, ਸਾਨੂੰ ਸ਼ੱਕ ਹੈ ਸਾਡੇ ਮਨੀਸ਼ ਕੁਮਾਰ ਦੀ ਕਿਸੇ ਨੇ ਹੱਤਿਆ ਕੀਤੀ ਆ। ਪੰਜਾਬ ਪੁਲਿਸ FRI 302 ਦੀ ਦਰਜ ਕਰਕੇ ਉਹਦੀ ਇਨਵੈਸਟੀਗੇਸ਼ਨ ਕਰੇ, ਜਿਹੜੇ ਕਾਤਲ ਮਿਲਣ, ਉਹਨਾਂ ਕਾਤਲਾਂ ਨੂੰ ਸਲਾਖਾਂ ਦੇ ਪਿੱਛੇ ਧਕੇਲਿਆ ਜਾ ਸਕੇ। ਉਹ ਮੁੰਡਾ ਕੌਣ ਹੈ, ਕਿੱਥੇ ਦਾ ਰਹਿਣ ਵਾਲਾ, ਬੈਕਗ੍ਰਾਊਂਡ ਕੀ, ਜਿਹੜਾ ਟਾਈਮ ਦਿੱਤਾ ਸੀ ਮਿਲਣ ਦਾ? ਉਹ ਮੁੰਡਾ ਰਾਜਨਗਰ ਦਾ ਇੱਕ ਲੜਕਾ ਹੈ, ਉਹ ਵੀ 20 ਸਾਲ ਦੀ ਉਮਰ ਦਾ ਹੈ। ਉਹਦੇ ਨਾਲ ਜਿਹੜੀ ਉਹਦੀ ਕਾਲ ਡਿਟੇਲ ਮਨੀਸ਼ ਕੁਮਾਰ ਦੀ ਕਢਾਈ ਹੈ, ਉਹਦੇ ਵਿੱਚ ਉਹਦਾ ਨੰਬਰ ਨਾਮ ਆਇਆ, ਉਹਦੇ ਨਾਲ ਉਹਦੀ 5 ਵਾਰ ਗੱਲ ਹੋਈ ਹੈ। ਮੈਂ ਜਿਹੜੀ ਤੁਹਾਨੂੰ ਪ੍ਰੈਸ ਨੋਟ ਦਿੱਤਾ ਉਹਦੇ ਵਿੱਚ ਉਹਦਾ ਟੈਲੀਫੋਨ ਨੰਬਰ, ਉਹਦੀ ਸਾਰੀ ਡਿਟੇਲ ਵੀ ਹੈ, ਪਰ SHO ਨੇ ਕੋਈ ਕਾਰਵਾਈ ਜਿਹੜੀ ਹੈ ਕਾਨੂੰਨੀ ਨਹੀਂ ਕੀਤੀ। ਅੱਜ SHO ਤੋਂ ਇਲਾਵਾ ਹੋਰ ਕਿਸੇ ਨੂੰ ਮਿਲੇ ਤੁਸੀਂ? ਅਸੀਂ ਅੱਜ ਪੁਲਿਸ ਕਮਿਸ਼ਨਰ ਨੂੰ ਮਿਲਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਹਦੀ ਪਰਚਾ ਦਰਜ ਕਰਕੇ ਇਹਦੀ CS ਸਟਾਫ ਨੂੰ, ਗੁੰਡਾ ਸਟਾਫ ਨੂੰ ਇਹਦੀ ਕਾਰਵਾਈ ਜਿਹੜੀ ਦਿੱਤੀ ਜਾਵੇ, ਤਾਂ ਕਿ ਦੋਸ਼ੀਆਂ ਨੂੰ ਸਾਰਿਆਂ ਨੂੰ ਫੜ ਕੇ ਉਹਨਾਂ ਦੇ ਵਿੱਚੋਂ ਉਹਦੀ ਕਾਰਵਾਈ ਦੋਸ਼ੀਆਂ ਦੇ ਖਿਲਾਫ਼ ਹੋ ਸਕੇ। ਸਾਨੂੰ ਪਰਿਵਾਰ ਮਿਲਿਆ ਇਹਦਾ, ਮਨੀਸ਼ ਜੀ ਦਾ, ਜਿਹੜਾ ਕਿ ਉਮਰ 21 ਸਾਲ ਸੀ, ਜਿਹੜਾ 17 ਤਰੀਕ ਨੂੰ ਉਹਦਾ ਬਲਟਨ ਪਾਰਕ ਦੇ ਵਿੱਚ ਉਹਦੀ ਡੈੱਡ ਬੋਡੀ ਮਿਲੀ ਸੀਗੀ। ਉਹਦਾ ਪੁਲਿਸ ਨੇ ਜਿਹੜਾ ਉਦੋਂ
ਉਹਦੀ ਬੋਡੀ ਨੂੰ ਵੇਖ ਕੇ ਜਿਹੜੀ 174 ਦੀ ਕਾਰਵਾਈ ਕਰ ਦਿੱਤੀ ਸੀਗੀ। ਉਹਦੇ ਬਾਅਦ ਉਹਦਾ ਪੋਸਟਮਾਰਟਮ ਕਰਾਇਆ। ਹੁਣ ਅਸੀਂ ਜਿਹੜਾ ਅੱਜ ਉਹਦੇ ਪੇਰੈਂਟਸ ਵੱਲੋਂ ਜਿਹੜੀ ਸਾਨੂੰ ਇੱਕ ਕੰਪਲੇਂਟ ਦਿੱਤੀ ਹੈ, ਇਹਦੇ ਵਿੱਚ ਉਹਨਾਂ ਨੇ 3-4 ਇਸ਼ੂ ਲਿਖੇ ਨੇ ਜਿਹ 'ਚ ਉਹਨਾਂ ਨੇ ਇਹ ਕਿਹਾ ਵੀ ਸਾਡੇ ਬੇਟੇ ਦਾ ਇਹ ਮਰਡਰ ਹੈ। ਇਸ ਸੰਬੰਧੀ ਜਿਹੜਾ ਅਸੀਂ ਜਿਹੜਾ ਸਾਰੀਆਂ ਜਿਹੜੀਆਂ ਟੀਮਾਂ ਜਿਹੜੀਆਂ CA ਸਟਾਫ ਵਗੈਰਾ ਉਹ ਪਹੁੰਚ ਕੇ ਉਹਨਾਂ ਦੇ ਨਾਲ ਹੁਣ ਆਪਾਂ ਮੀਟਿੰਗ ਕਰ ਰਹੇ ਹਾਂ ਜੁਆਇੰਟ ਮੀਟਿੰਗ। ਉਹਦੇ ਵਿੱਚ ਅਸੀਂ ਸਾਰਾ ਇਹ ਡਿਸਕਸ ਕਰਕੇ ਅਤੇ ਇਹਨੂੰ ਜੋ ਵੀ ਇਹਦੇ ਵਿੱਚ ਅਸਰੀਅਤ ਹੋਈ ਉਹਦੇ ਤੱਕ ਅਸੀਂ ਪਹੁੰਚਾਂਗੇ। ਠੀਕ ਹੈ ਸਰ।